ਮੈਂ ਚੰਡੀਗੜ੍ਹ ਤੋਂ ਰਿਟਾਇਰਡ ਪ੍ਰੋਫੈਸਰ ਜਗਵੰਤ ਸਿੰਘ ਬੋਲ ਰਿਹਾ ਤੇ ਮੈਂ ਬਠਿੰਡਾ ਅਰਵੰਦ ਦੇ ਵੋਟਰਸ ਨੂੰ ਖਾਸ ਅਪੀਲ ਕਰਨ ਦੇ ਲਈ ਵੀਡੀਓ ਤਿਆਰ ਕੀਤੀ ਆ ਆਪਣੇ ਸਬਜੈਕਟ ਕਰਕੇ ਮੈਂ ਮਨਪ੍ਰੀਤ ਬਾਦਲ ਦੀ ਪਿਛਲੇ 5 ਸਾਲਾਂ ਦੀ ਪੂਰੀ ਕਾਰਗੁਜ਼ਾਰੀ ਤੇ ਨਜ਼ਰ ਰੱਖਦਾ ਰਿਹਾ ਤੇ ਉਸ ਤੋਂ ਬਾਅਦ ਮੈਂ ਸਿੱਟੇ ਤੇ ਪਹੁੰਚਿਆ ਕਿ ਪੰਜਾਬ ਦੇ ਲਈ ਮਨਪ੍ਰੀਤ ਬਾਦਲ ਬਹੁਤ ਹੀ ਭਾਰੂ ਸਾਬਤ ਹੋਇਆ ਔਰ ਜੇ ਇਹ ਬੰਦਾ ਦੁਆਰਾ ਜਿੱਤਦਾ ਔਰ ਇਹਨਾਂ ਦੀ ਸਰਕਾਰ ਬਣਦੀ ਹੈ ਇਹੀ ਵਿਤਮંત્રી ਹੋਏਗਾ ਤੇ ਪੰਜਾਬ ਦਾ ਬਹੁਤ ਨੁਕਸਾਨ ਕਰੇਗਾ ਪਹਿਲੀ ਉਤਾਰਣ ਇਹ ਆ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਦੇ ਤੌਰ ਤੇ ਜੋ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅੰਕੜੇ ਇਹ ਕਹਿ ਰਹੇ ਨੇ ਕਿ 6% ਹੋਰ ਲੋਕਾਂ ਨੂੰ ਅਨਪਲਾਈਮੈਂਟ ਦਾ ਸਾਹਮਣਾ ਕਰਨਾ ਪਿਆ ਜੋ ਨਵਜੋਤ ਸਿੱਧੂ ਕਹਿੰਦਾ ਹੈ ਕਿ ਅਸੀਂ ਰੇਤੇ ਤੋਂ ਦੂਜੀਆਂ ਚੀਜ਼ਾਂ ਤੋਂ 40000 ਰੁਪਏ ਇਕੱਠਾ ਕਰ ਸਕਦੇ ਹਾਂ 40000 ਕਰੋੜ ਇਕੱਠਾ ਕਰ ਸਕਦੇ ਹਾਂ ਉਹਦੇ ਐਕਸਪਰਟ ਕਮੇਟੀ ਦੀ ਇਹ ਹੈ ਕਿ 18 ਤੋਂ 25000 ਕਰੋੜ ਤੱਕ ਪੱਕਾ ਕੀਤਾ ਜਾ ਸਕਦਾ ਉਹਦੀ ਇਹਨੇ ਕੋਈ ਉਗਰਾਹੀ ਨਹੀਂ ਕੀਤੀ ਆਪਣੇ ਪਾਰਟੀ ਦੇ ਲੋਕਾਂ ਦੀ ਜੇਲ੍ਹ ਚ ਪੈਸੇ ਪੈਣ ਦਿੱਤੇ ਔਰ ਆਉਣ ਦੇ ਲਈ ਨੇ ਪ੍ਰਪੋਜ਼ਲ ਆਪਣੀ ਜੋ ਸੈਂਟਰ ਗਵਰਨਮੈਂਟ ਨੂੰ ਭੇਜੀ ਹੈ ਉਸ ਵਿੱਚ ਇਹ ਮੰਗ ਕਰ ਰਿਹਾ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਪ੍ਰੋਫੈਸ਼ਨਲ ਟੈਕਸ ਜਿਹੜਾ 2400 ਰੁਪਏ ਸਾਲ ਦਾ ਆ ਉਹਨੂੰ ਵਧਾ ਕੇ 12000 ਕਰਨ ਦੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਜੋ ਮੰਨ ਲਈ ਗਈ ਤਾਂ ਤੁਸੀਂ ਸਮਝ ਲਓ ਕਿ ਪ੍ਰੋਫੈਸ਼ਨਲ ਟੈਕਸ ਤੁਹਾਡਾ ਹਜ਼ਾਰ ਕਰੋੜ ਫालतੂ ਦੇਣ ਦੀ ਤਿਆਰੀ ਤੁਹਾਨੂੰ ਕਰਨੀ ਪੈਗੀ ਔਰ ਦੂਸਰੇ ਇਸਨੇ ਪ੍ਰੋਪੋਜ਼ਲ ਹੈ ਜਿੱਤੀ ਹੈ ਕਿ ਸਾਨੂੰ ਜੀਐਸਟੀ ਤੋਂ ਇਲਾਵਾ ਵੀ ਜੀਐਸਟੀ ਵਰਗਾ ਟੈਕਸ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਉਸ ਵਿੱਚ ਵੀ ਇਹ ਲੋਕਾਂ ਤੇ ਹੋਰ ਕਰਜ਼ੇ ਦਾ ਬੋਝ ਪਾਉਣ ਨੂੰ ਤਿਆਰ ਹੈ ਪਰ ਜਿੱਥੋਂ ਪੈਸੇ ਬਣਦੇ ਆ ਉਹ ਲੈਣ ਨੂੰ ਤਿਆਰ ਨਹੀਂ ਔਰ ਇੱਕ ਬਹੁਤ ਹੀ ਇਹ ਜਿਹੜੀ ਗੱਲ ਮੈਨੂੰ ਗਲਤ ਲੱਗੀ ਕਿ ਰਿਜ਼ਰਵ ਬੈਂਕ ਫੰਡੀਆਂ ਚੋਂ 2017 ਜੋ ਕੈਸ਼ ਕਰੇਡ ਲਿਮਿਟ ਦੇ ਅਨੁਸਾਰ 30584 ਕਰੋੜ ਦਾ ਲੋਨ ਲਿਆ ਸੀ 7.8% ਤੇ ਉਹ ਸਮਝੌਤੇ ਦੇ ਤੌਰ ਤੇ ਬੈਂਕ ਵੱਲੋਂ ਵੀ ਤੇ ਇਹਨਾਂ ਵੱਲੋਂ ਵੀ ਸਮਝੌਤਾ ਸੀ ਕਿ ਜੇ ਇੰਟਰਸਟ ਰੇਟ ਬਦਲਦੇ ਨੇ ਤਾਂ ਇਹ ਦੁਆਰਾ ਸੈਟਲ ਕੀਤੀ ਜਾਊਗੀ। ਉਹਦੇ ਵਿੱਚ ਇੰਟਰਸਟ ਰੇਟ 7.8% ਤੋਂ ਘਟ ਕੇ 6.9 ਤੇ ਆ ਗਿਆ ਤੇ 7 ਤੇ ਆ ਗਿਆ। ਪਰ ਇਸ ਸ਼ਖਸ ਨੇ ਉਹਦੇ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ। ਤੇ ਉਸ ਤਰੀਕੇ ਨਾਲ ਹਰ ਸਾਲ 383 ਕਰੋੜ ਰੁਪਇਆ ਵਿਆਜ ਪੰਜਾਬ ਨੇ ਫालतੂ ਦਿੱਤਾ ਜੇ ਮੈਨੂੰ ਐਵਰੇਜ ਲਗਾ ਕੇ ਚੱਲਾਂ ਤੇ 64 ਸਾਲਾਂ ਚ 121300 ਕਰੋੜ ਦਾ 50 ਦਾ ਨੁਕਸਾਨ ਕੀਤਾ ਹੈ ਔਰ ਐਸ ਮੌਕੇ ਵੀ ਘੱਟੋ ਘੱਟ 1 ਕਰੋੜ 20 ਲੱਖ ਦਾ ਰੋਜ਼ ਦਾ ਨੁਕਸਾਨ ਇਹਦੀ ਲਾਪਰਵਾਹੀ ਕਰਕੇ ਇਹਦੀ ਨਲਾਇਕੀ ਕਰਕੇ ਪੰਜਾਬ ਦੇ ਲੋਕਾਂ ਤੇ ਬੋਝ ਪੈ ਰਿਹਾ ਇਸ ਤਰੀਕੇ ਦੇ ਸ਼ਖਸ ਦਾ ਵਿੱਤ ਮੰਤਰੀ ਬਣਨਾ ਤੇ ਚੰਨੀ ਦੀ ਬਣੀ ਨੰਨੀ ਸਰਕਾਰ ਜੇ ਬਣਦੀ ਹੈ